ਸਤਿ ਸ਼੍ਰੀ ਅਕਾਲ ਦੋਸਤੋ, ਸਵਾਗਤ ਹੈ ਤੁਹਾਡਾ ਆਪਣੇ ਚੈਨਲ ਪੰਜਾਬ ਫੈਕਟ ਉੱਤੇ। ਸੋ ਦੋਸਤੋ, ਅੱਜ ਗੱਲਬਾਤ ਕਰਨੀ ਹੈ ਆਪਾਂ ਨੇ ਅਰਜਨ ਬੈਲੀ ਦੇ ਬਾਰੇ। ਅਸਲ 'ਚ ਕੌਣ ਸੀ ਅਰਜਨ ਬੈਲੀ, ਦੱਸਾਂਗੇ ਤੁਹਾਨੂੰ, ਜਿਹਦਾ ਗੀਤ ਐਨੀਮਲ ਫਿਲਮ ਦੇ ਵਿੱਚ ਗਾਇਆ ਬੱਬਲ ਨੇ। ਤਾਂ ਵੀਡੀਓ ਸਾਰੀ ਸੁਣਨੀ ਦੋਸਤੋ, ਅਤੇ ਸ਼ੇਅਰ ਵੀ ਕਰਨੀ, ਬੜੀ ਦਿਲਚਸਪ ਹੈ। ਦੋਸਤੋ, ਅਰਜਨ ਬੈਲੀ ਇਹਦਾ ਜ਼ਿਕਰ ਅੱਜ ਕੱਲ੍ਹ ਬਹੁਤ ਹੋ ਰਿਹਾ ਹੈ। ਇਹ ਗੀਤ ਐਨੀਮਲ ਫਿਲਮ ਦੇ ਵਿੱਚ ਗਾਇਆ ਬੱਬਲ ਨੇ, ਪੂਰੇ ਭਾਰਤ ਵਿੱਚ ਇਹ ਧੁੰਮ ਮਚਾ ਰਿਹਾ ਹੈ। ਤਾਂ ਦੋਸਤੋ, ਇਹ ਤੋਂ ਪਹਿਲਾਂ ਅਰਜਨ ਬੈਲੀ ਦਾ ਜ਼ਿਕਰ 1983 'ਚ ਬਣੀ ਪੁਰਾਣੀ ਪੰਜਾਬੀ ਫਿਲਮ ਪੁੱਤ ਜੱਟਾਂ ਦੇ ਗੀਤ ਵਿੱਚ ਸੁਣਨ ਨੂੰ ਮਿਲਿਆ ਸੀ। ਆਖਿਰ ਇਹ ਅਰਜਨ ਬੈਲੀ ਕੌਣ ਸੀ, ਦੱਸਦੇ ਹਾਂ ਤੁਹਾਨੂੰ। ਅਰਜਨ ਸਿੰਘ ਦਾ ਜਨਮ ਅੰਦਾਜ਼ਨ 1876 ਦੇ ਨੇੜੇ ਤੇੜੇ ਲੁਧਿਆਣੇ ਜ਼ਿਲ੍ਹੇ ਦੇ ਪਿੰਡ ਰੁੜਕਾ ਨੇੜੇ ਡੇਲੋਂ 'ਚ ਹੋਇਆ। ਅਰਜਨ 6.25 ਫੁੱਟ ਦਾ ਜਵਾਨ ਗੱਭਰੂ ਸੀ ਅਤੇ ਕਿਸੇ ਦੀ ਧੌਂਸ ਨਹੀਂ ਸੀ ਮੰਨਦਾ। ਹੱਥ ਵਿੱਚ ਲੰਮੀ ਡਾਂਗ ਜਾਂ ਗੰਡਾਸਾ ਰੱਖਣ ਦਾ ਉਹ ਸ਼ੌਕੀਨ ਸੀ। ਜਾਇਦਾਦ ਖੁੱਲ੍ਹੀ ਸੀ ਅਤੇ ਗਰੀਬ ਬੰਦੇ ਦੀ ਮਦਦ ਕਰਨ ਵਾਲਾ ਸੀ। ਇੱਕ ਗਰੀਬ ਨਾਲ ਹੋ ਰਹੇ ਧੱਕੇ ਨੂੰ ਰੋਕਦਿਆਂ ਉਹਨੇ ਕਿਸੇ ਥਾਣੇਦਾਰ ਦੀ ਬਾਂਹ ਤੋੜਤੀ ਸੀ। ਇਸ ਸੁਭਾਅ ਕਰਕੇ ਉਹਨੂੰ ਲੋਕ ਬੈਲੀ ਕਹਿਣ ਲੱਗ ਪਏ। ਉਹ ਅਰਜਨ ਤੋਂ ਅਰਜਨ ਬੈਲੀ ਬਣ ਗਿਆ। ਪਰ ਉਹ ਕਦੀ ਕਮਜ਼ੋਰ ਬੰਦੇ ਨਾਲ ਧੱਕਾ ਨਹੀਂ ਸੀ ਕਰਦਾ। 1947 ਦੀ ਵੰਡ ਵੇਲੇ ਹੋਈ ਬਟੁੱਕ 'ਚ ਅਰਜਨ ਬੈਲੀ ਨੇ ਕਈ ਮੁਸਲਮਾਨ ਪਰਿਵਾਰਾਂ ਦੀ ਮਦਦ ਕੀਤੀ ਅਤੇ ਉਹਨਾਂ ਨੂੰ ਸੁਰੱਖਿਆ ਦੇ ਕੇ ਮਲੇਰਕੋਟਲਾ ਰਿਆਸਤ ਵਿੱਚ ਛੱਡ ਕੇ ਆਇਆ। ਇਹਨਾਂ ਵਿੱਚੋਂ ਇੱਕ ਉਹਨਾਂ ਦਾ ਮੁਸਲਮਾਨ ਦੋਸਤ ਰੱਲਾ ਤੇਲੀ ਵੀ ਸੀ, ਜਿਹਨੂੰ ਪੂਰੀ ਸੁਰੱਖਿਆ ਨਾਲ ਉਹਨੇ ਮਲੇਰਕੋਟਲੇ ਪਹੁੰਚਾਇਆ ਅਤੇ ਉਹਦਾ ਸੋਨਾ ਚਾਂਦੀ ਵੀ ਆਪਣੇ ਕੋਲ ਅਮਾਨਤ ਵਜੋਂ ਹਿਫਾਜ਼ਤ ਨਾਲ ਰੱਖ ਲਿਆ, ਜਿਹਨੂੰ ਬਾਅਦ ਵਿੱਚ ਉਹਦਾ ਮੁੰਡਾ ਸਰਦਾਰ ਖਾਨ ਆ ਕੇ ਲੈ ਗਿਆ ਸੀ ਇਹਦੇ ਕੋਲੋਂ। ਤਾਂ ਅਰਜਨ ਬੈਲੀ ਬਾਅਦ ਦੇ ਵਿੱਚ ਅੰਮ੍ਰਿਤਧਾਰੀ ਬਣ ਗਿਆ ਸੀ ਅਤੇ ਪੰਜਾਬੀ ਸੂਬਾ ਮੋਰਚਾ ਜਦੋਂ ਲੱਗਿਆ ਤਾਂ ਉਹਨੇ ਫਿਰੋਜ਼ਪੁਰ ਜੇਲ੍ਹ ਵੀ ਕੱਟੀ। ਤਾਂ ਪੰਜਾਬ ਸਰਕਾਰ ਨੇ ਉਹਦੀਆਂ ਇਹਨਾਂ ਸੇਵਾਵਾਂ ਬਦਲੇ ਉਹਨੂੰ ਸਨਮਾਨ ਪੱਤਰ ਦੇ ਕੇ ਸਨਮਾਨਿਤ ਵੀ ਕੀਤਾ। ਲੋਕ ਭਲਾਈ ਲਈ ਪਿੰਡ ਵਿੱਚ ਸਭ ਤੋਂ ਅੱਗੇ ਵੱਧ ਕੇ ਉਹ ਕੰਮ ਕਰਦਾ ਸੀ ਅਤੇ ਉਹ ਸ਼ਬਦ ਗਾਇਨ ਕਰਦਿਆਂ ਹੋਏ ਛੋਟੇ ਬੱਚਿਆਂ ਨੂੰ ਰਿਓੜੀਆਂ ਬਣਦਾ ਹੁੰਦਾ ਸੀ। ਉਹਦੇ ਇਸ ਸੁਭਾਅ ਕਰਕੇ ਲੋਕ ਹੁਣ ਅਰਜਨ ਬੈਲੀ ਤੋਂ ਉਹਨੂੰ ਅਰਜਨ ਸਿੰਘ ਬਾਬਾ ਕਹਿਣ ਲੱਗ ਪਏ ਸਨ। ਉਹਨਾਂ ਆਖਰੀ ਸਾਹ ਆਪਣੇ ਰਜਿੰਦਰਾ ਹਸਪਤਾਲ ਪਟਿਆਲਾ ਵਿਖੇ 1968 'ਚ ਲਏ। ਜਦ ਉਹ ਗਦੂਦਾਂ ਦੇ ਆਪਰੇਸ਼ਨ ਤੋਂ ਬਾਅਦ ਡਾਕਟਰਾਂ ਦੇ ਮਨ੍ਹਾ ਕਰਨ ਤੋਂ ਬਾਵਜੂਦ ਵੀ ਬਾਹਰ ਨਿਕਲ ਗਿਆ, ਜਿੱਥੇ ਅਵਾਰਾ ਪਸ਼ੂਆਂ ਦੇ ਭੇੜ 'ਚ ਫੇਟ ਵੱਜਣ ਕਰਕੇ ਉਹਨਾਂ ਦੇ ਟਾਂਕੇ ਖੁੱਲ੍ਹ ਗਏ ਅਤੇ ਖੂਨ ਰਿਸਣ ਨਾਲ ਉਹ ਅਕਾਲ ਚਲਾਣਾ ਕਰ ਗਏ। ਹੁਣ ਗੱਲ ਕਰਦੇ ਹਾਂ ਉਹਨਾਂ ਦੀ ਜਗਤ ਪ੍ਰਸਿੱਧ ਲੜਾਈ, ਜਿਹਦਾ ਜ਼ਿਕਰ ਜਗਜੀਤ ਚੂੜਚੱਕ ਨਿਰਦੇਸ਼ਿਤ ਫਿਲਮ ਪੁੱਤ ਜੱਟਾਂ ਦੇ ਗੀਤ ਵਿੱਚ ਪਹਿਲੀ ਵਾਰ ਹੋਇਆ ਅਤੇ ਉਸ ਗੀਤ ਨੂੰ ਸੁਰਿੰਦਰ ਛਿੰਦਾ ਨੇ ਗਾਇਆ ਸੀ। ਅੱਜ ਐਨੀਮਲ ਫਿਲਮ ਵਿੱਚ ਵੀ ਅਰਜਨ ਬੈਲੀ ਦੇ ਹਵਾਲੇ ਵਾਲਾ ਗੀਤ ਹੈ। ਇਹ ਲੜਾਈ ਸੀ ਜਿਹੜੀ ਜਿੱਥੇ ਉਹਨੇ ਪੈਰ ਜੋੜ ਕੇ ਗੰਡਾਸੀ ਮਾਰੀ ਸੀ। ਇਹ ਲੜਾਈ ਜਗਰਾਵਾਂ ਦੀ ਰੋਸ਼ਨੀ ਵਾਲੇ ਮੇਲੇ ਉੱਤੇ ਮਿਥ ਕੇ ਹੋਈ ਸੀ, ਜਿਹਦੇ ਵਿੱਚ ਅਰਜਨ ਬੈਲੀ ਨੇ ਆਪਣੇ ਦੋ ਦੋਸਤਾਂ ਮੋਦਨ ਕੌਂਕਿਆਂ ਅਤੇ ਮੁਨਸ਼ੀ ਡਾਂਗੋ ਵਾਲੇ ਨਾਲ ਰਲ ਕੇ ਪੂਰੇ ਪੰਡੋਰੀ ਪਿੰਡ ਦੇ ਬੈਲੀਆਂ ਨੂੰ ਤਿੰਨੇ ਜਣਿਆਂ ਨੇ ਕੁੱਟਤਾ ਸੀ। ਲੜਾਈ ਮਿਥ ਕੇ ਹੋਈ ਸੀ। ਇਸ ਕਰਕੇ ਮੇਲੇ 'ਚ ਆਏ ਲੋਕ ਪਹਿਲਾਂ ਇਸ ਲੜਾਈ ਲਈ ਤਿਆਰ ਸੀ ਅਤੇ ਚਰਚਾ ਵਿੱਚ ਇਸੇ ਕਰਕੇ ਜ਼ਿਆਦਾ ਹੋਈ ਕਿ ਤਿੰਨ ਬੰਦਿਆਂ ਨੇ ਪੂਰੀ ਪੰਡੋਰੀ ਅੱਗੇ ਲਾ ਲਈ ਸੀ। ਇਹ ਸੀ ਅਰਜਨ ਬੈਲੀ ਦੀ ਦਾਸਤਾਨ। ਹੁਣ ਉਹਨਾਂ ਦੇ ਕਹਿੰਦੇ ਵਾਰਸ ਜਿਹੜੇ ਅੱਜ ਕੱਲ੍ਹ ਰੁੜਕਾ ਪਿੰਡ ਅਤੇ ਕਨੇਡਾ 'ਚ ਵੱਸਦੇ ਹਾਂ। ਦੋਸਤੋ, ਇਹ ਸੀ ਅਰਜਨ ਬੈਲੀ ਦੀ ਦਾਸਤਾਨ। ਮਿਲਦੇ ਹਾਂ ਅਗਲੀ ਵੀਡੀਓ ਦੇ ਆ ਗਿਆ। ਸਤਿ ਸ਼੍ਰੀ ਅਕਾਲ।